ਮੈਨੂੰ ਇਸ ਤਰ੍ਹਾਂ ਨਾ ਇੱਕ ਮੈਸੇਜ ਆਇਆ ਸੀਗਾ, ਉਹ ਮੇਰੇ ਬੇਟਾ ਨਾ ਫੈਕਟਰੀ ਰਨ ਕਰਦਾ, ਉਹਦੀ ਪ੍ਰੋਪਰੇਟਰ ਮੈਸੇਜ ਅੱਗੇ ਅਤੇ ਮੇਰੇ ਟੈਲੀਫੋਨ ਨਾਲ ਹੀ ਉਹਨਾਂ ਦਾ ਲਿੰਕ ਹੈਗਾ ਸਾਰਾ। ਉਹ ਮੈਸੇਜ ਆਇਆ ਕਿ ਤੁਸੀਂ ਫੈਕਟਰੀ ਦਾ ਬਿੱਲ ਜਮ੍ਹਾਂ ਨਹੀਂ ਕਰਾਇਆ ਅਤੇ ਕਿਉਂ ਤੁਹਾਡਾ ਕਨੈਕਸ਼ਨ ਨਹੀਂ ਕਰਾਓਗੇ, ਸ਼ਾਮ ਦੇ 6 ਵਜੇ ਤੱਕ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ। ਉਹ ਜਿਸ ਨੰਬਰ ਤੋਂ ਆਇਆ ਸੀ ਮੈਂ ਉਸ ਨੰਬਰ 'ਤੇ ਰਿੰਗ ਮਾਰੀ, ਮੈਂ ਕਿਹਾ ਜੀ ਟੈਲੀਫੋਨ ਦਾ ਬਿੱਲ ਸਾਡਾ ਜਮ੍ਹਾਂ ਹੈਗਾ, ਤੁਸੀਂ ਕਿਸ ਤਰ੍ਹਾਂ ਕੱਟ ਦਿਓਗੇ? ਉਹ ਨਹੀਂ, ਤੁਹਾਡਾ ਨਾ ਉਹ ਬਿੱਲ ਲਿੰਕ ਨਹੀਂ ਹੋਇਆ, ਜਮ੍ਹਾਂ ਤਾਂ ਹੋਇਆ ਲਿੰਕ ਨਹੀਂ ਹੋਇਆ। ਮੈਂ ਲਿੰਕ ਦਾ ਕੀ ਮਤਲਬ ਹੈ? ਕਹਿੰਦਾ ਲਿੰਕ ਪਟਿਆਲੇ ਤੋਂ ਹੋਣਾ ਅਤੇ ਉਹ, ਮੈਂ ਕਿਹਾ ਉਹਦੇ ਕਿੰਨੇ ਪੈਸੇ? ਕਹਿੰਦੇ 12 ਰੁਪਏ। ਮੈਂ ਉੱਥੇ ਜਾ ਕੇ ਦਫ਼ਤਰ ਜਮ੍ਹਾਂ ਕਰਾ ਦਾਂਗਾ। ਕਹਿੰਦੇ ਤੁਸੀਂ ਔਨਲਾਈਨ ਕਰਾ ਦਿਓ, ਮੈਨੂੰ ਦੱਸ ਦੇਣਾ ਕਿਸ ਤਰ੍ਹਾਂ ਜਮ੍ਹਾਂ ਕਰਾਉਣਾ। ਉਹ ਮੈਂ ਜਮ੍ਹਾਂ ਕਰਨ ਲੱਗੇ ਅਤੇ ਮੈਂ ਦੇਖਿਆ ਕਿ ਜਿਸ ਵੇਲੇ ਮੈਨੂੰ ਉਹਨੇ ਮੈਨੂੰ ਜਿਸ ਤਰ੍ਹਾਂ ਦੱਸ ਰਿਹਾ ਕਰ ਰਿਹਾ ਸੀਗਾ ਅਤੇ ਤੁਹਾਨੂੰ ਕੋਈ OTP ਵਗੈਰਾ ਵੀ ਆਇਆ ਸੀ? ਨਹੀਂ, OTP ਉਹ ਬਾਅਦ ਦੀ ਗੱਲ ਹੈ। ਉਹ ਮੈਂ ਕਰ ਹੀ ਰਿਹਾ ਸੀ ਅਤੇ ਉਹ ਮੇਰਾ ਟੈਲੀਫੋਨ ਫਸਟ ਰਨ ਹੋਣਾ ਸ਼ੁਰੂ ਹੋ ਗਿਆ। ਉਹਨੇ ਜਦ ਹੈਂਗ ਹੋ ਗਏ ਸਾਰੇ OPT, ਉਹ ਮੇਰੇ ਕੋਲ ਵੀ ਆਉਂਦਾ, ਉਸਦੇ ਕੋਲ ਵੀ ਆਉਂਦਾ ਰਿਹਾ। ਮੈਂ ਕੋਈ ਉਸਨੂੰ ਦੱਸਿਆ ਨਹੀਂ ਹੈਗਾ ਉਸ OPT 'ਤੇ। ਉਹਨੇ ਮੈਨੂੰ ਲੱਗਿਆ ਕਿ ਮੇਰਾ ਫਰਾਡ ਹੋ ਗਿਆ। ਅਤੇ ਬਿਜਲੀ ਦਾ ਸੀਗਾ ਬਿੱਲ ਦਾ? ਬਿਜਲੀ ਦਾ ਬਿੱਲ ਦਾ ਉਹਨਾਂ ਨੇ ਕੀਤਾ ਸੀ। ਮੈਂ ਨਾ ਸਟੇਟ ਬੈਂਕ ਆਫ ਇੰਡੀਆ ਮੇਰਟਗੰਜ ਖੜ੍ਹਾ ਸੀਗਾ, ਉੱਥੇ ਨਾ 6 ਨੰਬਰ ਗਲੀ 'ਚ ਮੇਰਾ ਕਲਾਇੰਟ ਸੀਗਾ, ਉਸ ਕੋਲ ਮੈਂ ਗਿਆ ਸੀ ਪੇਮੈਂਟ ਲੈਂਦੇ ਸੀਗੇ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉਹ ਟੈਲੀਫੋਨ, ਮੈਂ ਕਿਹਾ ਯਾਰ ਮੇਰਾ ਤਾਂ ਫਰਾਡ ਹੋ ਰਿਹਾ। ਮੈਂ ਇੱਕਦਮ ਜੰਡੂ ਟਾਵਰ IC ਬੈਂਕ 'ਚ ਮੇਰਾ ਖਾਤਾ, ਇਹ ਮੇਰਾ ਪਰਸਨਲ ਖਾਤਾ ਸੀਗਾ, ਉੱਥੇ ਗਿਆ। ਮੈਂ ਉੱਥੇ ਪਹਿਲੇ ਕਲਰਕ ਨੂੰ ਮਿਲਿਆ, ਮੈਂ ਕਿਹਾ ਜੀ ਮੇਰਾ ਖਾਤਾ ਦੇਖੋ, ਮੇਰਾ ਫਰਾਡ ਹੋਇਆ ਲੱਗਦਾ। ਉਹਨੇ ਖਾਤਾ ਖੋਲ੍ਹਿਆ, ਉਹਨੇ ਮੇਰੇ ਤੋਂ ਪੈਨ ਨੰਬਰ ਪੁੱਛਿਆ, ਪੈਨ ਨੰਬਰ ਜ਼ਬਾਨੀ ਯਾਦ ਹੈ। ਉਹ ਕਹਿੰਦੀ ਖਾਤਾ ਨਹੀਂ ਅੰਕਲ, ਤੁਹਾਡਾ ਠੀਕ ਹੈ। ਮੈਨੂੰ ਫਿਰ ਤਸੱਲੀ ਹੋਈ। ਉਹਦੇ ਸਾਹਮਣੇ ਨਾ ਕੁੜੀ ਅਮਨ ਬੈਠੀ ਸੀਗੀ, MR ਆਪਣੇ ਰਿਲੇਸ਼ਨਸ਼ਿਪ ਮੈਨੇਜਰ RM। ਉਹਨੂੰ ਮੈਂ ਕਿਹਾ ਮੈਡਮ ਜੀ ਮੇਰੇ ਨਾ ਖਾਤਾ ਚੈੱਕ ਕਰੋ, ਮੇਰੇ ਨਾਲ ਫਰਾਡ ਹੋਇਆ ਲੱਗਦਾ। ਉਹਨੇ ਖਾ ਕਹਿੰਦੀ ਠੀਕ ਅੰਕਲ, ਕੁਛ ਨਹੀਂ ਹੋਇਆ, ਤੁਸੀਂ PayTM ਦੇ ਥਰੂ ਨਾ ਕੋਈ ਪੇਮੈਂਟ ਕਰੋ, ਤੁਸੀਂ ਕਰਨੀ ਹੈ iPhone। ਉਹਨੇ iPhone ਨਾ ਮੈਨੂੰ ਇੰਸਟਾਲ ਵੀ ਕਰਕੇ ਦਿੱਤਾ। ਅੱਛਾ, ਮੈਂ ਕਿਹਾ ਠੀਕ। ਮੈਂ ਕਿਹਾ ਅੱਧਾ ਪੌਣਾ ਘੰਟਾ ਮੇਰੇ ਕੁਛ ਨਹੀਂ ਹੋਇਆ। ਮੈਂ HDFC ਬੈਂਕ 'ਚ ਗਿਆ ਜੇ ਆਪਣੇ ਕੋਈ ਨਿਫਟ ਕਰਾਏ ਸੀਗੇ ਫਰਮ ਵੱਲੋਂ, ਉਹ ਗਿਆ ਅਤੇ ਅਜੇ ਮੈਂ ਨਿਫਟ ਕਰਾ ਹੀ ਰਿਹਾ। ਟਕ ਟਕ ਕਰਕੇ 6 ਟ੍ਰਾਂਜੈਕਸ਼ਨਾਂ ਮੇਰੀਆਂ ਨਿਕਲ ਗਈਆਂ। ਮੈਂ ਇਮੀਡੀਏਟਲੀ ਨਾ ਵਾਪਸ ਬੈਂਕ ਆ ਗਿਆ। ਕਿੰਨੇ ਅਮਾਊਂਟ ਸੀਗੀ ਜੀ? ਇਹ ਵੱਖ ਵੱਖ ਅਮਾਊਂਟਾਂ ਸੀ। ਟੋਟਲ ਅਮਾਊਂਟ 5 ਲੱਖ 74 ਹਜ਼ਾਰ ਸਨ। ਇਹ ਹੈਗੀ ਨਵੰਬਰ ਦੀ ਗੱਲ, 21 ਨਵੰਬਰ ਦੀ। ਮੈਂ ਫਿਰ ਮੈਡਮ ਹੋਇਆ, ਮੈਂ ਮੈਡਮ ਜੀ ਮੇਰਾ ਦੇਖੋ, ਤੁਸੀਂ ਕਹਿੰਦੇ ਕੁਛ ਨਹੀਂ ਹੈਗਾ, ਫਰਾਡ ਹੋ ਗਿਆ, ਸਾਰੇ ਪੈਸੇ ਨਿਕਲ ਗਏ ਨੇ। ਉਹਨੇ ਉਸ ਵੇਲੇ ਮੈਨੂੰ ਕਸਟਮਰ ਕੇਅਰ ਨਾਲ ਗੱਲ ਕਰਾਈ, ਜਿੱਥੇ ਵੀ ਕਸਟਮਰ ਕੇਅਰ ਹੈ ਮਤਲਬ ਬੈਂਗਲੋਰ ਹੈ ਕਿ ਕਿੱਥੇ ਆ, ਉਹ ਗੱਲ ਕਰਾਈ। ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਹੈਗਾ ਨੋਟ ਕਰ ਲੈਂਦੇ ਹਾਂ, ਜੋ ਤੁਸੀਂ ਨਾ ਪਹਿਲੇ ਸਾਈਬਰ ਕ੍ਰਾਈਮ, ਮੈਂ ਨਾਲ ਦੀ ਨਾਲ ਸਾਈਬਰ ਕ੍ਰਾਈਮ ਚਲਾ ਗਿਆ। ਉੱਥੇ ਰਿਪੋਰਟ ਦਰਜ ਕਰਾਈ ਉਹਨਾਂ ਨੂੰ। ਕਿਹੜੀ ਤਰੀਕ ਨੂੰ ਸੀਗਾ ਜੀ? 21 ਤਰੀਕ ਨੂੰ, 21 ਨਵੰਬਰ, ਸੇਮ ਡੇ। ਕਿਹੜਾ ਸਾਲ ਕਿਹੜਾ ਸੀਗਾ? 2022 ਦੀ ਗੱਲ ਹੈ। ਅੱਛਾ ਜੀ। ਸਾਈਬਰ ਕ੍ਰਾਈਮ ਦੇ ਕਰਾ ਦੇ ਨਾਲ ਦੀ ਨਾਲ ਮੈਂ ਇੱਥੇ ਆ ਕੇ ਚੌਂਕੀ 'ਚ ਵੀ ਰਿਪੋਰਟ ਕਰਤੀ, ਐਪਲੀਕੇਸ਼ਨ ਲਿਖ ਕੇ ਦਿੱਤੀ। ਇਹਨੂੰ ਮੈਂ ਕਿਹਾ ਯਾਰ FIR ਦਰਜ, ਕਹਿੰਦੀ FIR ਦਰਜ ਇਨਕੁਆਇਰੀ ਤੋਂ ਬਾਅਦ ਹੋਇਆ, ਕਿਹਦੇ ਨਾਂ ਦੇ ਕਰਨੀ, ਕਿਸੇ ਨਾਂ ਦੇ ਕਰੀਏ? ਕਹਿੰਦੇ ਕੋਈ ਹੈ ਹੀ ਨਹੀਂ ਜਦ ਨਾ ਹੀ। ਮੈਂ ਚਲੋ, ਉਸ ਤੋਂ ਬਾਅਦ ਮੈਂ ਫੋਲੋ ਕਰਦਾ ਰਿਹਾ, ਉੱਧਰੋਂ ਮੈਸੇਜ ਵੀ ਆਏ ਮੈਨੂੰ ਸਾਈਬਰ ਕ੍ਰਾਈਮ ਦੇ। ਸਾਈਬਰ ਕ੍ਰਾਈਮ ਨੂੰ ਫੋਲੋ ਕਰਦੇ ਰਹੇ ਕਿ RBI ਦੋਨਾਂ ਪਾਸੇ? ਸਾਈਬਰ ਕ੍ਰਾਈਮ ਦੇ, ਪਹਿਲੇ ਸਾਈਬਰ ਕ੍ਰਾਈਮ ਦੇ ਕੀਤਾ, ਦੱਸੋ। ਉਹ ਮੈਨੂੰ ਸਾਲ ਤਾਂ ਐਵੇਂ ਲੰਘੇ, ਪਤਾ ਹੀ ਨਹੀਂ ਚੱਲਿਆ ਉਹਨੂੰ ਕੀ ਹੋਇਆ। ਸਾਲ ਮਤਲਬ 7-8 ਮਹੀਨੇ ਲੰਘੇ, ਨਹੀਂ ਪਤਾ ਲੱਗਿਆ। ਉਹ ਮੈਨੂੰ ਕਿਹਾ ਜੀ ਸਾਨੂੰ ਪਤਾ ਲੱਗ ਗਿਆ 2 ਬੰਦਿਆਂ ਦਾ। ਮੈਂ ਕਿਹਾ ਦੱਸ ਤਾਂ ਦਿਓ ਉਹਨਾਂ ਦੇ ਐਡਰੈਸ। ਕਹਿੰਦੇ ਉਹ ਨਹੀਂ ਅਸੀਂ ਦੱਸ, ਸਾਡਾ ਸੀਕਰੇਟ ਹੈ। ਚਲੋ, ਕਰਦੇ ਕਰਾਉਂਦੇ 23 ਨੂੰ ਨਾ ਇਹਨਾਂ ਨੇ ਮੇਰੀ ਰਿਪੋਰਟ ਬਣਾ ਕੇ, ਉਹਨੂੰ ਪਤਾ ਲੱਗਿਆ, ਉਹਨਾਂ ਨੇ ਮੇਰੀ ਰਿਪੋਰਟ ਬਣਾ ਕੇ SSP ਸਾਹਿਬ ਨੂੰ ਭੇਜ ਦਿੱਤੀ। SSP ਆਫਿਸ ਮੈਂ ਚੱਕਰ ਲਾਉਂਦਾ ਰਿਹਾ, ਉੱਥੇ ਲਾਇਆ ਅਤੇ ਉਹ ਫਿਰ ਮੈਨੂੰ ਪਤਾ ਕਰਿਆ। ਉਹ ਕਹਿੰਦੇ ਜੀ ਤੁਹਾਡਾ ਉਹ ਲੀਗਲ ਓਪੀਨੀਅਨ ਲਈ ਭੇਜਿਆ ਉਹਨਾਂ ਨੇ। ਮੈਂ ਚਲੋ ਕੋਈ ਨਹੀਂ। ਉਹ ਲੀਗਲ ਓਪੀਨੀਅਨ ਤੋਂ ਬਾਅਦ ਵੀ ਵਾਪਸ ਆ ਕੇ ਮੈਂ ਉੱਥੇ ਜਾ ਕੇ ਸਾਰੇ ਪਤਾ ਕੀਤਾ। ਉਹ ਫਿਰ ਵੀ ਉਹਨਾਂ ਨੇ ਮੈਨੂੰ ਕੋਈ SSP ਸਾਹਿਬ ਮਿਲੇ ਨਹੀਂ, ਕੋਈ ਪਤਾ ਹੀ ਨਹੀਂ ਲੱਗਿਆ।
ਮੈਂ ਮੀਨਵਾਈਲ ਨਾਲ ਆਰ ਬੀ ਆਈ ਨੂੰ ਵੀ ਚਿੱਠੀਆਂ ਲਿਖਤੀਆਂ, ਨਾਲ ਅਬੈਂਡਸ ਬੈਂਕਿੰਗ ਨੂੰ ਵੀ ਚਿੱਠੀ ਲਿਖਤੀ, ਉਹ ਔਨਲਾਈਨ ਸਾਰਾ ਕੁਝ ਹੈ ਸੀਗਾ। ਉਹਨਾਂ ਨੇ ਮੇਰਾ ਕੇਸ ਰਿਜੈਕਟ ਕੀਤਾ, ਫਿਰ ਮੈਨੂੰ ਕੰਪਲੇਂਟ ਕੀਤੀ, ਇਸ ਤਰ੍ਹਾਂ ਅਸੀਂ ਲਿਖਾ ਪੜ੍ਹੀ ਕਰਦੇ ਰਹੇ। ਅਖੀਰ 'ਤੇ ਤੁਸੀਂ ਦੇਖੋ ਇਹ ਆਪਣੇ 2023 ਦੇ ਵਿੱਚ ਜਿਸ ਤਰ੍ਹਾਂ ਮੇਰੇ ਪੈਸੇ ਗਏ ਸੀ ਸੇਮ ਸੀਕੁਐਂਸ ਦੇ ਵਿੱਚ 2023 ਦੇ ਵਿੱਚ ਮੈਨੂੰ ਪੈਸੇ ਵਾਪਸ ਆ ਗਏ ਸੀ, ਸਾਰੇ ਪੈਸੇ ਆ ਗਏ ਜੀ, ਸਾਰੇ ਪੈਸੇ। ਹੁਣ ਇੱਕ ਐਫ ਆਈ ਆਰ ਵੀ ਦਰਜ ਕੀਤੀ ਆ, ਉਹ ਕਿੰਨੇ ਮਹੀਨੇ ਬਾਅਦ ਐਫ ਆਈ ਆਰ ਦਰਜ ਕੀਤੀ, ਤੁਹਾਨੂੰ ਪਤਾ ਲੱਗਿਆ ਇਸ ਗੱਲ ਦਾ? ਮੈਨੂੰ ਤਾਂ ਪਤਾ ਹੀ ਨਹੀਂ ਐਫ ਆਈ ਆਰ ਇਹਨਾਂ ਦਰਜ ਕੀਤੀ ਕਿ ਨਹੀਂ ਕੀਤੀ, ਮੈਂ ਤਾਂ ਤੁਹਾਡੇ ਤੋਂ ਪਤਾ ਲੱਗ ਗਿਆ ਮੇਰੀ ਐਫ ਆਈ ਆਰ ਦਰਜ ਹੋਈ ਹੈ। ਲੱਗਦਾ 20 ਮਹੀਨੇ ਲਾ ਤੇ ਵੀ ਤੁਹਾਡੇ ਪੈਸੇ ਵੀ ਵਾਪਸ ਆ ਗਏ, ਇਹਨਾਂ ਨੂੰ ਇਸ ਗੱਲ ਦਾ ਕੁਛ ਵੀ ਪਤਾ ਹੈਗਾ? ਮੈਂ ਹੁਣ ਇਹਨਾਂ ਬਾਰੇ ਕੀ ਕਰ ਸਕਦੇ ਆਪਾਂ? ਦੇਖੋ 21 ਹਜ਼ਾਰਾਂ ਦਾ ਮੇਰੇ ਪੈਸੇ ਗਏ ਨੇ ਅਤੇ 21 ਹਜ਼ਾਰਾਂ ਤੋਂ ਬਾਅਦ ਪੈਸੇ ਮੇਰੇ ਵਾਪਸ ਆਏ ਨੇ, ਤੁਸੀਂ ਇਹ ਦੇਖ ਲਓ 19-10-23 ਨੂੰ ਰਫਲੀ 10 ਮਹੀਨੇ ਹੋ ਗਏ ਨਾ ਪੈਸੇ ਆਏ ਨੂੰ, ਕਿੰਨਾ 10 ਮਹੀਨੇ ਹੋ ਗਏ? 10 ਦੇਖੋ 19-10-23 ਨੂੰ ਵਾਪਸ ਆ ਗਏ ਸੀ, 23 ਨੂੰ ਆਏ ਨੂੰ 7 ਮਹੀਨੇ ਤਾਂ ਹੋ ਹੀ ਗਏ, ਆਏ ਨੂੰ 6 ਮਹੀਨੇ ਇਸ ਮਹੀਨੇ ਦੇ ਹੋ ਗਏ, 6 ਦੇ 2-8 ਅਤੇ ਕੰਪਲੇਂਟ ਲਿਖਾਈ ਨੂੰ 20 ਮਹੀਨੇ ਹੋ ਗਏ। ਕੰਪਲੇਂਟ ਸੇਮ ਡੇ ਲਿਖਾ ਦੀ 21 ਨੂੰ, 20 ਮਹੀਨੇ ਤਕਰੀਬਨ ਹੋ ਗਏ। ਹਾਂ 20 ਮਹੀਨੇ ਅਤੇ ਹੁਣ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ, ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਦੀ? ਉਹਨਾਂ ਦੀ ਪਤਾ ਲੱਗਦਾ ਕਿ ਉਹ ਕਿੰਨਾ ਫਾਸਟ ਕੰਮ ਕਰਦੇ ਨੇ ਅਤੇ ਲੋਕ ਕਿੰਨੇ ਖੁਸ਼ ਹੁੰਦੇ ਉਹਨਾਂ ਦੇ ਉਹ ਜਿਹੇ ਕੰਮ 'ਤੇ, ਕਿ ਜਿਹੜੀ ਇੱਕ ਐਫ ਆਈ ਆਰ ਦਰਜ ਕਰਨੀ ਹੈ, ਇੱਕ ਇਨਕੁਆਇਰੀ ਕਰਨੀ ਹੈ, ਉਹ ਇਨਕੁਆਇਰੀ ਸਾਰੇ 20 ਮਹੀਨੇ 'ਚ ਲਗਾਉਂਦੇ ਨੇ, ਤਾਂ ਕੀ ਕਿਸੇ ਨੂੰ ਫੜਨਗੇ? ਹੁਣ ਤੁਹਾਡੇ ਪੈਸੇ ਵਾਪਸ ਆ ਗਏ ਉੱਥੋਂ? ਪੈਸੇ ਮੇਰੇ ਆ ਗਏ ਸਾਰੇ, ਉਹ ਮੇਰੀ ਖਤੋ ਖਤਾ। ਤੁਹਾਡੇ ਨਾਲ ਧੋਖਾ ਹੋਇਆ ਵੀ ਇਸ ਤਰ੍ਹਾਂ ਨਾਲ ਲੋਕ ਨਾ ਕਰਨ ਜਾਂ ਕੋਈ ਇਸ ਤਰ੍ਹਾਂ ਦਾ ਓ ਟੀ ਪੀ ਆਉਂਦਾ? ਓ ਟੀ ਪੀ ਮੈਂ ਦਿੱਤਾ ਹੀ ਨਹੀਂ ਉਹਨਾਂ ਨੂੰ, ਜਾਂ ਇਸ ਤਰ੍ਹਾਂ ਕੋਈ ਫੋਨ ਕਾਲ ਆਉਂਦੀ ਹੈ ਨਾ ਉਹ ਤੋਂ? ਨਾ ਉਹਨੂੰ ਅਟੈਂਡ ਨਹੀਂ ਹੋਇਆ। ਅੱਜ ਕੱਲ੍ਹ ਨਾ ਨਵਾਂ ਇੱਕ ਕੇਸ ਚੱਲ ਗਿਆ, ਤੁਹਾਨੂੰ ਜੀ ਅਸੀਂ ਉਹ ਬੈਂਕਿੰਗ ਦੇ ਨਿਫਟੀ 'ਚ ਤੁਹਾਨੂੰ ਦੱਸਦੇ ਹਾਂ, ਤੁਸੀਂ 5,000 ਰੁਪਏ ਲਾਓ, ਤੁਹਾਨੂੰ ਇੰਨੀ ਕਮਾਈ ਹੋਏਗੀ, ਉਹ ਵੀ ਫਰੋਡ ਹੈਗਾ। ਅੱਜ ਕੱਲ੍ਹ ਬਹੁਤ ਫਰੋਡ ਹੋ ਰਹੇ, ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਕੋਈ ਵੀ ਅਨਨੋਨ ਕਾਲ ਆ ਜਾਵੇ ਕੁਛ, ਉਹਨੂੰ ਅਟੈਂਡਿੰਗ ਕਰਨਾ ਚਾਹੀਦਾ।